ਅਮਨਪ੍ਰੀਤ ਕੌਰ ਅਮਨਪ੍ਰੀਤ ਕੌਰ ਬਹਾਦਰਪੁਰ ਹਾਂਜੀ ਹਾਂਜੀ ਕਿੰਨਾ ਪੜਿਆ ਸੀ ਮੁੰਡਾ ਕਿੰਨਾ ਪੜਿਆ ਸੀ ਡਿਪਲੋਮਾ ਕੀਤਾ ਸੀ ਮਕੈਨੀਕਲ ਦਾ ਪਲੱਸ 2 ਤੋਂ ਬਾਅਦ ਫਿਰ ਉਹਨਾਂ ਦੀ ਪਹਿਲਾਂ ਤਾਂ ਜਵਾਬ ਦੇ ਦਿੱਤਾ ਸੀ ਅਸੀਂ ਕਿ ਅਸੀਂ ਨਹੀਂ ਕਰਨੀ ਕੁੜੀਆਂ ਬਾਹਰ ਜਾ ਕੇ ਮੁੱਕਰ ਜਾਂਦੀਆਂ ਅੱਛਾ ਜੀ ਭਾਜੀ ਦੇਖੋ ਪਹਿਲਾਂ ਸਾਡੇ ਘਰ ਵਿਚੋਲੇ ਦੀ ਬੜੀ ਵਿਚੋਲਣ ਦੀ ਬੜੀ ਆਉਣ ਜਾਣੀ ਹੁੰਦੀ ਸੀ ਉਹ ਕਿ ਉਹਨੇ ਦੱਸ ਪਾਈ ਸੀਗੀ ਕਿ ਮੇਰੀ ਭੈਣ ਦੀ ਕੁੜੀ ਆ ਉਹਨੇ ਉਹ ਆਈਲੈਟਸ ਕੀਤੀ ਆ ਉਹਨੇ ਥੋੜ੍ਹੇ ਜਿਹੇ ਉਹ ਥੋੜ੍ਹੇ ਉਹਨੇ ਬਾਹਰਲਾ ਕੰਮ ਵੀ ਅਪਲਾਈ ਕਰਤਾ ਹੈ ਫੀਸ ਉਹਨੇ ਥੋੜ੍ਹੀ ਜਿਹੀ ਭਰਤੀ ਆ ਬਾਕੀ ਪੈਸੇ ਉਹਨਾਂ ਦੇ ਕਾਫੀ ਅੜ ਰਹੇ ਆ ਪੈਸੇ ਕੋਈ ਘੱਟ ਰਹੇ ਆ ਕਾਫੀ ਕੈਸ਼ ਵਿੱਚ ਕਾਫੀ ਕੈਸ਼ ਵੀ ਗਏ ਉੱਦਾਂ ਵੀ ਗਏ ਉਹ ਕੈਸ਼ ਮੇਰੇ ਕੈਸ਼ ਜ਼ਿਆਦਾ ਗਿਆ ਅਕਾਊਂਟ 'ਚ ਵੀ ਗਏ ਹਾਂਜੀ ਉਹਨਾਂ ਦਾ ਜੁਆਇੰਟ ਅਕਾਊਂਟ ਵੀ ਸੀਗਾ ਦੋਵਾਂ ਦਾ ਹਾਂਜੀ ਫਿਰ ਉਹਨਾਂ ਦੀ ਪਹਿਲਾਂ ਤਾਂ ਜਵਾਬ ਦੇ ਦਿੱਤਾ ਸੀ ਅਸੀਂ ਕਿ ਅਸੀਂ ਨਹੀਂ ਕਰਨੀ ਕੁੜੀਆਂ ਬਾਹਰ ਜਾ ਕੇ ਮੁੱਕਰ ਜਾਂਦੀਆਂ ਉਹਨੇ ਫਿਰ ਦਬਾਅ ਪਾ ਕੇ ਕਹਿੰਦੇ ਅਸੀਂ ਨਹੀਂ ਸਾਡੀ ਕੁੜੀ ਨਹੀਂ ਇੱਦਾਂ ਦੀ ਇਹ ਨਹੀਂ ਮੁੱਕਰੂਗੀ ਇਹ ਲੈ ਕੇ ਜਾਊਗੀ ਪੱਕਾ ਹਾਂਜੀ ਜਾਣਾ ਸੀ ਕਨੇਡਾ ਦਾ ਸੀ ਭਾਜੀ ਬਾਅਦ ਇੱਦਾਂ ਹੋਈ ਆ ਦੇਖੋ ਜਦੋਂ ਇਹ ਸਾਰਾ ਕੁਛ ਹੋ ਗਿਆ ਹਾਂਜੀ ਜਿਹੜੀ ਕੁੜੀ ਆ ਉਹਦੀ ਮਾਸੀ ਸੀ ਜਿਹੜੀ ਵਿਚੋਲਣ ਸੀ ਨਾ ਅਤੇ ਚਲੋ ਕੁੜੀ ਚਲੇ ਗਈ ਆ ਪੈਸੇ ਕੁਛ ਕੈਸ਼ ਗਏ ਆ ਕੁਛ ਡਰਾਫਟ ਗਿਆ ਕੁੜੀ ਬਾਹਰ ਚਲੇ ਗਈ ਆ ਅਤੇ ਹਾਂਜੀ ਨਹੀਂ ਬਲਕ ਹਾਂਜੀ ਅਗਸਤ 2 ਸਾਲ ਹੋ ਗਏ ਜੀ ਅੱਗੇ ਉਸ ਤੋਂ ਬਾਅਦ ਚਲੋ ਜੀ ਇਹਨਾਂ ਦਾ ਮਤਲਬ ਰਿਲੇਸ਼ਨ ਬਹੁਤ ਵਧੀਆ ਚੱਲਦਾ ਸੀ ਗੱਲਬਾਤ ਚੱਲਦੀ ਸੀ ਸਾਲ ਇੱਕ ਬਹੁਤ ਵਧੀਆ ਅਤੇ ਉਸ ਤੋਂ ਬਾਅਦ ਰੱਬ ਜਾਣੇ ਉਹਨਾਂ ਨੂੰ ਹਵਾ ਲੱਗੀ ਹੈ ਕੀ ਹੋਇਆ ਹੈ ਨਾ ਵੀ ਜਿੱਦਾਂ ਉਹਦਾ ਨੇਚਰ ਉਹਨੇ ਚੇਂਜ ਕਰ ਲਿਆ ਮੁੰਡੇ ਨਾਲ ਸਾਡੇ ਨਾਲ ਸੁਖਰਾਜ ਸਿੰਘ ਨਾਲ ਗੱਲ ਕਰਨੀ ਘਟਾਤੀ ਫੋਨ 'ਤੇ ਹਾਂਜੀ ਸੁਖਰਾਜ ਸਿੰਘ ਸ਼ੋਰਟ ਨੇਮ ਜੋਤਾ ਕਹਿੰਦੇ ਸੀ ਆਪਾਂ ਘਰੇ ਅਤੇ ਉਹਦੇ ਨਾਲ ਗੱਲਬਾਤ ਕਰਨੀ ਘਟਾਤੀ ਘੱਟਦੀ ਗਈ ਹੈ ਨਾ ਗੱਲਬਾਤ ਕਰਨੀ ਅਤੇ ਉਹਦਾ ਹੁਣ ਮਕਸਦ ਇਹ ਸੀਗਾ ਵੀ ਹੁਣ ਜਾਂ ਤਾਂ ਵੀ ਜੋ ਅੱਜ ਕੱਲ੍ਹ ਹੁੰਦਾ ਹੀ ਹੈ ਵੀ ਲਾਲਚ ਵੀ ਮੈਂ ਤਾਂ ਟਿਕਾਣੇ ਪਹੁੰਚ ਗਈਆਂ ਹੁਣ ਤਾਂ ਮੇਰੇ ਹੱਥ ਵਸਦੇ ਹੀ ਆ ਅਤੇ ਉਸ ਤੋਂ ਬਾਅਦ ਜਿੱਦਾਂ ਗੱਲ ਕਰਨੀ ਇੰਨੀ ਘੱਟ ਗਈ ਵੀ ਸਾਡੇ ਮੁੰਡੇ ਨੇ ਮੈਸੇਜ ਕਰਨੇ ਉਸ ਸ਼ਾਇਦ ਆਪਾਂ ਸੈਂਡ ਕਰਤੀ ਉਹ ਭਾਅ ਜੀ ਹੈ ਨਾ ਵੀ ਮੈਸੇਜ ਕਰਨੇ ਉਹਨੇ ਰਿਪਲਾਈ ਨਹੀਂ ਕਰਨਾ ਜੇ 10 ਮੈਸੇਜ ਕਰਨੇ ਉਹਨਾਂ ਪਿੱਛੇ ਇੱਕ ਦਾ ਰਿਪਲਾਈ ਆ ਜਾਣਾ ਉਹ ਵੀ ਕੁਛ ਬਹੁਤਾ ਵੱਡਾ ਨਹੀਂ 2 ਅੱਖਰਾਂ ਦਾ ਆ ਜਾਣਾ ਹੈ ਨਾ ਅਤੇ ਉਸ ਤੋਂ ਬਾਅਦ 6 ਕੁ ਮਹੀਨਿਆਂ ਤੋਂ ਤਾਂ ਇੰਨਾ ਕੁ ਜ਼ਿਆਦਾ ਘਟਾ ਗਈ ਸੀ ਵੀ ਉਹ ਗੱਲ ਕਰਨੀ ਹੈ ਨਾ ਅਤੇ ਹੁਣ ਜਦੋਂ ਭਾਅ ਜੀ ਇੱਦਾਂ ਦਾ ਇੱਕ ਰਿਲੇਸ਼ਨ ਜੁੜ ਕੇ ਵਿੱਚ ਗੈਪ ਪੈਂਦਾ ਆ ਹਰ ਇੱਕ ਬੰਦਾ ਆਪਣੇ ਹੈ ਨਾ ਰੈਪੂਟੇਸ਼ਨ ਬਾਰੇ ਸੋਚਦਾ ਵੀ ਯਾਰ ਮੇਰੀ ਹੁਣ ਬੇਇੱਜ਼ਤੀ ਹੋ ਗਈ ਬਦਨਾਮੀ ਹੋ ਗਈ ਮੈਂ ਘਰੇ ਵੀ ਕੀ ਦੱਸੂ ਪੈਸਾ ਵੀ ਗਿਆ ਮਾਂ ਪਿਓ ਪਰੇਸ਼ਾਨ ਹੋਣਗੇ ਹੁਣ ਫਾਦਰ ਸਾਹਿਬ ਵੀ ਬਿਮਾਰ ਰਹਿੰਦੇ ਆ ਮਦਰ ਵੀ ਬਿਮਾਰ ਰਹਿੰਦੇ ਆ ਖੇਤੀਬਾੜੀ ਉਹ ਮੁੰਡਾ ਸਾਰੀ ਦੇਖਦਾ ਸੀ ਹੈ ਨਾ ਅਤੇ ਇਹ ਤਾਂ ਚਲੋ ਛੋਟਾ ਪੜ੍ਹਦਾ ਸੀਗਾ ਉਹ ਉਸ ਚੀਜ਼ ਨੂੰ ਨਾ ਆਪਣੇ ਅੰਦਰੋਂ ਅੰਦਰੀ ਘੁੱਟੀ ਗਿਆ ਵੀ ਚਲੋ ਹੌਲੀ ਸਹਿਜੇ ਚੱਲੀ ਜਾਊਗਾ ਟਾਈਮ ਨਾਲ ਸੈੱਟ ਹੋ ਜਾਊਗਾ ਕੰਮ ਉਹ ਭਾਅ ਜੀ ਟਾਈਮ ਜ਼ਿਆਦਾ ਪੈ ਗਿਆ ਅਤੇ ਜਦੋਂ ਅਸੀਂ ਕਦੇ ਪੁੱਛਣਾ ਵੀ ਸਾਡੇ ਤੂੰ ਬਹਿੰਦਾ ਨਹੀਂ ਸਾਨੂੰ ਤਾਂ ਇੱਦਾਂ ਕਹਿ ਦੇਣਾ ਉਹਨੇ ਵੀ ਯਾਰ ਮੈਂ ਗੱਲ ਕਰਨੀ ਹੁੰਦੀ ਜਦਕਿ ਗੱਲ ਉਹਦੀ ਹੁੰਦੀ ਨਹੀਂ ਸੀ ਗੱਲ ਉਹਦੀ ਹੁੰਦੀ ਨਹੀਂ ਸੀ ਉਹਦੇ ਨਾਲ ਆਪਣੇ ਕੋਲ ਸਾਰੇ ਉਹਦੇ ਪਰੂਫ ਹੈਗੇ ਆ ਅਤੇ ਇਹਦੀਆਂ ਕਾਲਾਂ ਕੀਤੀਆਂ ਸਾਰੀਆਂ ਆਪਣੇ ਨੋ ਆਨਸਰ ਇਹ ਗਈਆਂ ਆ ਅਤੇ ਫਿਰ ਉਸ ਤੋਂ ਬਾਅਦ ਜਦੋਂ ਪਤਾ ਲੱਗ ਜਾਂਦਾ ਆਪਾਂ ਨੂੰ ਵੀ ਇਹ ਹੁਣ ਪੈਰ ਪਿੱਛੇ ਨੂੰ ਜਾ ਰਿਹਾ ਵੀ ਕੰਮ ਖਰਾਬ ਹੋਊਗਾ ਅਤੇ ਪਰਸੋਂ ਇਹ ਸਵੇਰੇ ਹੈ ਨਾ ਉਹਨਾਂ ਦੇ ਕੁੜੀ ਵਾਲਿਆਂ ਦੇ ਘਰ ਗਏ ਹਾਂ ਆਪਾਂ ਕੱਲ੍ਹ ਘਰ ਗਏ ਹਾਂ ਕੁੜੀ ਵਾਲਿਆਂ ਦੇ ਅਤੇ ਉੱਥੇ ਜਾ ਕੇ ਗੱਲਬਾਤ ਕੀਤੀ ਆ ਕੁੜੀ ਦੇ ਇੱਕ ਮਾਮਾ ਜੀ ਆ ਪੱਟੀ ਪਿੰਡ ਤੋਂ ਜਗਤਾਰ ਸਿੰਘ ਤਾਰੀ ਕਹਿੰਦੇ ਆ ਸਨ ਆਫ ਤਰਸੇਮ ਸਿੰਘ ਤਾਰੀ ਜਗਤਾਰ ਸਿੰਘ ਹੀ ਆ ਉਹ ਵੀ ਉੱਥੇ ਸੀਗੇ ਜਦੋਂ ਗਏ ਆ ਉਹ ਬੜਾ ਰਾਹ ਸਾਡੇ ਵੱਲੋਂ ਜਵਾਬ ਆ ਹਾਂਜੀ ਤੇ ਨਾ ਮਾਮੇ ਨੂੰ ਵੀ ਫੋਨ ਲਾਇਆ ਉਹਨੇ ਇਹਨੀ ਮਾਈਕ ਤੇ ਵੀ ਕਰਤਾ ਨਾ ਸਪੀਕਰ ਤੇ ਲਾਤਾ ਫੋਨ ਉਹਨੇ ਕਿਹਾ ਜੋ ਤੁਸੀਂ ਕਰ ਸਕਦੇ ਕਰ ਲਓ ਸਾਡੇ ਵੱਲੋਂ ਜਵਾਬ ਜੋ ਕਰਨਾ ਕਰ ਲਓ
ਉਹ ਮਤਲਬ ਨਾ ਦਿਮਾਗੀ ਦਿਮਾਗੀ ਤੌਰ ਤੇ ਇੰਨਾ ਇਹ ਜ ਦਿਮਾਗੀ ਤੌਰ ਤੇ ਲੱਗਾ ਉਹ ਉਸ ਵਾਰ ਹੀ ਉੱਥੋਂ ਚਲਾ ਗਿਆ ਉਹ ਉੱਥੋਂ ਬਾਹਰੋਂ ਗੱਡੀ ਲੈ ਕੇ ਚਲਾ ਗਿਆ ਘਰਦਿਆਂ ਨੂੰ ਵੀ ਨਾਲ ਲੈ ਕੇ ਗਿਆ ਉੱਥੋਂ ਜੀ ਫੇਰ ਫੇਰ ਅਸੀਂ ਲੱਭਦੇ ਰਹੇ ਅਸੀਂ ਜਿੱਦਾਂ ਵੀ ਸਵੇਰੇ 8 ਵਜੇ 9 ਵਜੇ ਤੋਂ ਲੱਭਣਾ ਸ਼ੁਰੂ ਕਰ ਦਿੱਤਾ ਆ ਹਨਾ ਤੇ ਹਿਮਾਚਲ ਦੀ ਲੋਕੇਸ਼ਨ ਵਿੱਲਾ ਨਿਕਲੀ ਤੇ ਹਿਮਾਚਲ ਚਲ ਗਏ ਰਾਤ ਨੂੰ ਪਤਾ ਲੱਗਾ ਬਾਗਪੁਰ ਟਾਵਰ ਸ਼ੋ ਹੋ ਗਿਆ ਕਹਿੰਦੇ 2 ਕਿਲੋਮੀਟਰ ਦਾ ਏਰੀਆ ਦੇਖੋ ਅਸੀਂ ਦੇਖ ਰਹੇ ਸੀਗੇ ਉਹ ਵੀ ਏਰੀਆ ਤੇ ਅਸੀਂ ਫਿਰ ਖੇਤਾਂ ਵਾਲੇ ਏਰੀਏ ਨੂੰ ਗਏ ਨੀ ਉੱਧਰ ਖੇਤਾਂ ਵਾਲੇ ਏਰੀਏ ਨੂੰ ਅਸੀਂ ਖੇਤਾਂ ਵਾਲੇ ਏਰੀਏ 'ਚ ਗਏ ਉੱਥੇ ਉਹਦੀ ਗੱਡੀ ਲੱਗੀ ਸੀਗੀ ਹਾਂਜੀ ਬਾਕੀ ਫਿਰ ਉਹਨੇ ਸਟ੍ਰਾਈਕ ਕਰ ਲਿਆ ਸੀਗਾ ਮੋਟਰ ਅੰਦਰ ਉਹ ਰੱਸੀ ਪਾ ਕੇ ਗਾਰਡਰ ਦੇ ਨਾਲ ਸਟ੍ਰਾਈਕ ਕਰ ਲਿਆ ਮੋਟਰ ਜਦੋਂ ਆਪਾਂ ਲੱਭਦੇ ਰਹੇ ਹੈ ਨਾ ਨਹੀਂ ਲੱਭਿਆ ਸਾਰਾ ਦਿਨ ਆਪਾਂ ਲੱਭਿਆ ਪਹਿਲਾਂ ਤਾਂ ਨਹੀਂ ਲੱਭਿਆ ਅਤੇ ਉਹਦੀ ਉਹਦੀ ਆਪਣੀ ਇੱਛਾ ਸੀ ਦੇਖੋ ਆਪਾਂ ਹੁਣ ਗੱਲ ਕਰਨ ਲੱਗੇ ਹਾਂ ਇਹ ਗੱਲ ਹੈ ਨਾ ਮੀਡੀਆ ਇਹ ਸਾਰੇ ਪਾਸੇ ਜਾਣੀ ਆ ਚਲੋ ਸਾਡਾ ਤਾਂ ਭਰਾ ਚੱਲ ਗਿਆ ਮੁੜ ਕੇ ਨਹੀਂ ਆਉਣਾ ਪਰ ਇੱਕ ਮੈਸੇਜ ਅਸੀਂ ਚਾਹੁੰਦੇ ਹਾਂ ਚਲੋ ਕਾਂਡ ਤਾਂ ਬਹੁਤ ਹੋਏ ਆ ਪਰ ਮੈਸੇਜ ਜਾਂਦੇ ਵੀ ਆ ਪਤਾ ਨਹੀਂ ਲੋਕਾਂ ਨੂੰ ਸਮਝ ਨਹੀਂ ਆਉਂਦੀ ਪਤਾ ਨਹੀਂ ਸਾਡੇ ਦੱਸਣ 'ਚ ਕੋਈ ਫਰਕ ਆ ਉਹਦੀ ਐਂਡ ਟੂ ਐਂਡ ਇੱਕੋ ਹੀ ਉਹਦੀ ਸੀਗੀ ਵੀ ਮੇਰੀ ਕਿਸੇ ਤਰ੍ਹਾਂ ਉਹਦੇ ਨਾਲ ਗੱਲ ਹੋ ਜਾਵੇ ਹੈ ਨਾ ਮਤਲਬ ਮੇਰੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹਦੇ ਨਾਲ ਗੱਲ ਹੋ ਜਾਵੇ ਉਹ ਦੇਖੋ ਕੁੜੀ ਇੰਨੀ ਨਿਰਦੇਈ ਆ ਔਨਲਾਈਨ ਵੀ ਬੈਠੀ ਆ ਜਦੋਂ ਉਹਨੇ ਹੈ ਨਾ ਦੇਖੋ ਮਰਨ ਨੂੰ ਭਾਜੀ ਦਿਲ ਕਿਸੇ ਦਾ ਨਹੀਂ ਕਰਦਾ ਇਹ ਜਹਾਨ ਛੱਡ ਕੇ ਜਾਣ ਨੂੰ ਕਿਸੇ ਦਾ ਦਿਲ ਨਹੀਂ ਕਰਦਾ ਹਰ ਇੱਕ ਨੂੰ ਆਪਣੀ ਮਾਂ ਪੇ ਹੈ ਨਾ ਸਭ ਕੁਛ ਪਿਆਰਾ ਹੁੰਦਾ ਹਰ ਇੱਕ ਨੂੰ ਉਹਨੇ 1:00 'ਤੇ ਜਿਹੜੀ ਰੱਸੀ ਨਾਲ ਸੁਸਾਈਡ ਕੀਤਾ ਉਹਦੀ ਫੋਟੋ ਕੁੜੀ ਨੂੰ ਭੇਜੀ ਆ ਤੁਸੀਂ ਹੁਣ ਦੇਖਿਓ ਨਿਰਦੇਈ ਕੁੜੀ ਦੁਪਹਿਰੇ ਭਾਜੀ ਉਹ ਕੁੜੀ ਨੇ ਉਹ ਮੈਸੇਜ ਵੀ ਸੀਨ ਕਰ ਲਿਆ ਮੈਸੇਜ ਸੀਨ ਕਰਨ ਤੋਂ ਬਾਅਦ ਵੀ ਉਹਦਾ ਕੋਈ ਉਹਨੂੰ ਫੋਨ ਮੈਸੇਜ ਨਹੀਂ ਆਇਆ ਮਤਲਬ ਉਹ ਮੈਸੇਜ ਆਪਾਂ ਸੀਨ ਕਰ ਲਿਆ ਬੰਦਾ ਯਾਰ ਉੱਦਾਂ ਹੀ ਡਰ ਜਾਂਦਾ ਵੀ ਇਹ ਗਲਤ ਕੰਮ ਕਰਨ ਲੱਗਿਆ ਵੀ ਮੈਂ ਰੋਕਾਂ ਪਰ ਮੈਨੂੰ ਸਮਝ ਨਹੀਂ ਆਉਂਦੀ ਵੀ ਇੰਨਾ ਕੀ ਅਕਲ 'ਤੇ ਪੜਦਾ ਜਾਂ ਐਡਾ ਕਿਹੜਾ ਹੈ ਨਾ ਹੋ ਗਿਆ ਇੱਕ ਪਾਸੇ ਆਪਾਂ ਐਡੀਆਂ ਐਡੀਆਂ ਪਹਿਲਾਂ ਗੱਲਾਂ ਕਰ ਲੈਂਦੇ ਹਾਂ ਜੀ ਜ਼ਿੰਦਗੀ ਨਿਭਾਵਾਂਗੇ ਐਂ ਕਰਾਂ ਕਿਉਂ ਕਰਾਂਗੇ ਮੁੜ ਕੇ ਸਾਰਾ ਕੁਛ ਮਿੱਟੀ ਯਾਰ ਇੰਨੀ ਜਲਦੀ ਕਨੇਡਾ ਹੀ ਆ ਸਰ ਪਰ ਜਿਹੜੀ ਮਗਰ ਜਾਨ ਚੱਲ ਗਈ ਜਾਂ ਜਿਹੜੇ ਮਗਰ ਪਰਿਵਾਰ ਤੁਹਾਨੂੰ ਦੇਖਦੇ ਆ ਵੀ ਉਹਨਾਂ ਨੂੰ ਕੌਣ ਦੇਖੂ ਅਤੇ ਉਹ ਚਲੋ 1:00 'ਤੇ ਉਹਨੇ ਮੈਸੇਜ ਕੀਤਾ ਨਹੀਂ ਹੋਇਆ ਹੈ ਨਾ ਉਹਨੇ ਕੋਈ ਰਿਪਲਾਈ ਨਹੀਂ ਕੀਤਾ ਉਹਦੇ ਮੈਸੇਜ ਇਹੀ ਆ ਵੀ ਤੂੰ ਮੇਰੇ ਨਾਲ ਗੱਲ ਕਰ ਮੇਰੇ ਨਾਲ ਗੱਲ ਕਰ ਇੱਕ ਵਾਰ ਲਾਸਟ ਗੱਲ ਕਰ ਉਹ ਕੁੜੀ ਨੇ ਉਹਨਾਂ ਹੈ ਨਾ ਗੱਲ ਨਹੀਂ ਕੀਤੀ ਅਤੇ ਜਦੋਂ ਅਸੀਂ ਬਾਅਦ ਵਿੱਚ ਜਦੋਂ ਵਾਪਸ ਆਇਆ ਅਸੀਂ ਉੱਧਰ ਸਾਰੇ ਉਨੇ ਪੰਡੋਗੇ ਜਿੱਧਰ ਜਿੱਧਰ ਲੋਕੇਸ਼ਨ ਸ਼ੋਅ ਹੁੰਦੀ ਸੀ ਘੁੰਮ ਫਿਰ ਕੇ ਅਸੀਂ ਆ ਗਏ ਹੈ ਨਾ 11:00 ਇੱਥੇ ਆਏ ਹਾਂ ਅਤੇ ਅਸੀਂ ਆ ਕੇ ਜਦੋਂ ਦੇਖਿਆ ਉਹਨੂੰ ਅਤੇ ਉਹਦੇ ਫੋਨ ਦੇਖੇ ਆ ਲਗਭਗ ਮੇਰੇ ਖਿਆਲ ਨਾਲ ਵੀ ਸਕਰੀਨ ਰਿਕਾਰਡ ਆਪਾਂ ਸਕਰੀਨਸ਼ੋਟ ਕੀਤੇ ਆ ਵੀ ਉਹ ਚੰਗੀ ਲੰਬੀ ਲਿਸਟ ਆ ਨੋਟ ਆਂਸਰਿੰਗ ਨੋ ਮਤਲਬ ਉਹਦਾ ਆਂਸਰ ਨਿਕਾਲਦਾ ਕਿਸੇ ਦਾ ਵੀ ਉਹ ਨਹੀਂ ਕੀਤਾ ਹੋਇਆ ਐਂਡ ਟੂ ਐਂਡ ਹੈ ਨਾ ਅਤੇ ਉਹ ਹੋ ਸਕਦਾ ਯਾਰ ਜੇ ਉਹ ਗੱਲ ਕਰ ਲੈਂਦੀ ਸਾਡਾ ਮੁੰਡਾ ਬਚ ਜਾਂਦਾ ਉਹਦੀ ਭੜਾਸ ਨਿਕਲ ਜਾਂਦੀ ਉਹ ਕੁਛ ਦੱਸਣਾ ਚਾਹੁੰਦਾ ਸੀ ਕੁਛ ਪੁੱਛਣਾ ਸੀ ਕੋਈ ਦਿਲ ਦੀ ਆਪਣੀ ਗੱਲ ਕਰ ਲੈਂਦਾ ਸਾਡਾ ਮੁੰਡਾ ਸਾਡੇ 'ਚ ਬੈਠਾ ਹੁੰਦਾ ਹੈ ਨਾ ਉਹ ਸੀਰੀਅਸ ਸੀ ਭਾਅ ਜੀ ਦੇਖੋ ਆਪਾਂ ਦੇਖੋ ਮੁੰਡਾ ਨਾ ਤਾਂ ਮੁੰਡੇ ਦੇ ਦਿਲ 'ਚ ਕੋਈ ਫਰੋਡ ਸੀਗਾ ਨਾ ਇਹਨਾਂ ਦੇ ਨਾ ਫਾਦਰ ਸਾਹਿਬ ਦੇ ਨਾ ਮਦਰ ਦੇ ਹੈ ਨਾ ਦੇਖੋ ਇੱਕ ਤਾਂ ਰਿਸ਼ਤਾ ਜੋੜਿਆ ਸੀਗਾ ਵੀ ਸਾਡੇ ਮੁੰਡੇ ਫਿਊਚਰ ਗੱਲ ਤਾਂ ਫਿਊਚਰ 'ਤੇ ਆ ਗਏ ਹੈ ਨਾ ਵੀ ਚਲੋ ਕੁੜੀ ਚਲੇ ਜਾਏਗੀ ਅਸੀਂ ਪੈਸਾ ਇਨਵੈਸਟ ਕਰਦੇ ਹਾਂ ਸਾਡਾ ਮੁੰਡਾ ਚੱਲ ਜੂ ਫਿਊਚਰ ਬਣ ਜੂ ਹੈ ਨਾ ਰਿਸ਼ਤਾ ਜੁੜ ਜੂਗਾ ਵਿਆਹ ਹੋਊਗਾ ਮਤਲਬ ਇਕੱਠੇ ਰਹਿਣਗੇ ਹੁਣ ਮੁੰਡੇ ਨੇ ਤਾਂ ਭਾਅ ਜੀ ਸੀਰੀਅਸ ਹੋਣਾ ਹੀ ਹੈ ਜੀ ਆਪਾਂ ਨਾ ਸਰਕਾਰ ਨੂੰ ਦੇਖੋ ਆਪਾਂ ਤਾਂ ਰਿਕੁਐਸਟ ਕਰ ਸਕਦੇ ਹਾਂ ਹੁਣ ਤੱਕ ਆਪਾਂ ਅਪੀਲਾਂ ਹੀ ਕੀਤੀਆਂ ਅਪੀਲਾਂ ਹੀ ਕਰ ਸਕਦੇ ਹਾਂ ਹੈ ਨਾ ਆਪਾਂ ਸਰਕਾਰ ਨੂੰ ਇੱਕ ਬੇਨਤੀ ਕਰਦੇ ਹਾਂ ਵੀ ਸਾਡੀ ਹੱਥ ਜੋੜ ਕੇ ਬੇਨਤੀ ਆ ਵੀ ਜਿਹੜਾ ਹੈ ਨਾ ਇਹ ਲੁੱਟ ਬਜ਼ਾਰੀ ਆ ਲੁੱਟ ਬਜ਼ਾਰੀ ਕਹਿ ਸਕਦੇ ਹਾਂ ਇਹਨੂੰ ਇਹਨੂੰ ਬੰਦ ਕੀਤਾ ਜਾਵੇ ਇਹਨੂੰ ਬੰਦ ਕੀਤਾ ਜਾਵੇ ਇਹਦਾ ਕੋਈ ਇੱਦਾਂ ਦਾ ਲਾਭ ਬਣੇ ਜੇ ਵਾਕਈ ਹੈ ਨਾ ਇੱਦਾਂ ਦਾ ਕੋਈ ਰਿਲੇਸ਼ਨ ਚੱਲਦਾ ਆ ਵੀ ਮੁੰਡੇ ਕੁੜੀ ਜੇ ਰਿਲੇਸ਼ਨ 'ਚ ਹੋ ਕੇ ਬਾਹਰ ਜਾਂਦੇ ਆ ਜੇ ਮੁੰਡੇ ਆਏ ਪੈਸੇ ਲਾਉਂਦੇ ਆ ਤਾਂ ਕੁੜੀ ਦੇਖੋ ਕੁੜੀ ਦਾ ਹੁਣ ਕੀ ਕਿਸੇ ਨੇ ਕੀ ਵਿਗਾੜਨਾ ਮੁੰਡਾ ਚੱਲ ਗਿਆ ਚਲੋ ਪੈਸਾ ਵੀ ਚੱਲ ਗਿਆ ਦੁੱਖ ਤਾਂ ਕਿਹਨੂੰ ਆ ਮਾਂ ਪੇ ਨੂੰ ਲਾ ਤਾਂ ਕੋਈ ਹੈ ਨਹੀਂ ਆਪਣੇ ਇੱਥੇ ਪਤਾ ਹੀ ਆਪਾਂ ਨੂੰ ਕੀ ਚੱਲਦਾ ਪਿਆ ਸਾਡੀ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਆ ਅਤੇ ਆਪਣਾ ਜਿਹੜਾ ਵਿਦੇਸ਼ ਮੰਤਰਾਲਾ ਆ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਵੀ ਕੋਈ ਇੱਦਾਂ ਦਾ ਕਾਨੂੰਨ ਬਣਾਓ ਤਾਂ ਜੋ ਕਿਸੇ ਹੋਰ ਦੇ ਨਾਲ ਕੋਈ ਹੋਰ ਹੈ ਨਾ ਮਾਂ ਦਾ ਪੁੱਤ ਇੱਦਾਂ ਮੌਤ ਦੀ ਭੇਟ ਨਾ ਚੜ੍ਹੇ
ਕਿਉਂਕਿ ਬੜੀ ਬੜੀ ਮੁਸ਼ਕਿਲ ਮਾਂ ਪਿਓ ਨਾ ਬੱਚਿਆਂ ਨੂੰ ਪਾਲਦੇ ਆ, ਸੌਖੇ ਥੋੜ੍ਹੀ ਪਾਲਦੇ ਭਾਅ ਜੀ ਹੁਣ ਜਿਵੇਂ। ਹਾਂਜੀ ਦੇਖੋ ਜੋ ਸਾਡੇ ਕੋਲ ਪੋਸੀਬਲ ਹੋਊਗਾ, ਦੇਖੋ ਸਾਰੀ ਪੰਚਾਇਤ ਬੈਠੀ ਆ, ਮੇਰੇ ਤੋਂ ਵੱਡੇ ਸੀਨੀਅਰ ਬੈਠੇ ਆ, ਸਾਡੇ ਭਰਾ ਬੈਠੇ ਆ, ਜੋ ਵੀ ਦੇਖੋ ਪਰਿਵਾਰ ਆ ਸਾਡੇ ਬਜ਼ੁਰਗ ਆ, ਜੋ ਵੀ ਸਾਡੇ ਕੋਲ ਪੋਸੀਬਲ ਜਿੱਥੇ ਤੱਕ ਸਾਡੀ ਬਾਹ ਹੈਗੀ ਆ ਆਪਾਂ ਨਾ ਉਹ ਤਾਂ ਕਰਾਂਗੇ। ਸਾਨੂੰ ਲੱਗਦਾ ਚਲੋ ਸਾਡਾ ਮੁੰਡਾ ਤਾਂ ਨਹੀਂ ਆਉਣਾ, ਘੱਟ ਤੋਂ ਘੱਟ ਆਪਾਂ ਆਪਣੇ ਦਿਲ ਨੂੰ ਇਨਸਾਫ਼ ਲੈ ਕੇ ਸ਼ਾਂਤੀ ਦਾ ਦਵਾ ਲਈਏ। ਹਾਂਜੀ ਪੇਪਰ ਹੈਗੇ ਆ ਸਰ, ਜੀ ਬਾਕੀ ਇੱਦਾਂ ਆ ਸਾਡੀ ਇਹੀ ਮੈਸੇਜ ਆ ਵੀ ਭਰਾ ਜਿਹੜੇ ਜਿਹੜੀਆਂ ਕੁੜੀਆਂ ਬਾਹਰ ਗਈਆਂ ਆ, ਦੇਖੋ ਤੁਹਾਡੇ ਨਾਲ ਤੁਹਾਡੇ ਮਾਂ ਪਿਓ ਦੀਆਂ ਆਸਾਂ ਜੁੜੀਆਂ, ਜਿਹੜੇ ਮੁੰਡੇ ਤੁਹਾਨੂੰ ਪੈਸਾ ਲਾ ਕੇ ਤੁਹਾਡੇ ਨਾਲ ਜਾਂ ਤਾਂ ਲਾਵਾਂ ਲਈਆਂ ਜਾਂ ਕੂਟ ਮੈਰਿਜਾਂ ਕਰਾਈਆਂ ਆ ਜਾਂ ਇੱਦਾਂ ਅੰਗੇਜਮੈਂਟਾਂ ਹੋਈਆਂ ਆ, ਉਹ ਉਹਨਾਂ ਬਾਰੇ ਕੁਝ ਸੋਚ ਲਓ। ਇੰਨੇ ਸੌਖੇ ਮਾਵਾਂ ਦੇ ਪੁੱਤ ਨਹੀਂ ਮਿਲਦੇ, ਅਤੇ ਜ਼ਿੰਦਗੀ ਇੰਨੀ ਨਾ ਕੀਮਤੀ ਜ਼ਿੰਦਗੀ ਆ, ਤੁਸੀਂ ਨਾ ਮਿੱਟੀ 'ਚ ਰਲਾਈ ਜਾਂਦੀ ਆ, ਕੁਝ ਸੋਚੋ ਮਾੜਾ ਜਿਹਾ ਹੈ ਨਾ। ਇਹ ਤੁਸੀਂ ਆਪਣਾ ਲਾਲਚ ਦੇ ਚੱਕਰ 'ਚ ਤੁਸੀਂ ਆਪ ਤਾਂ ਐਸ਼ਬਰਾਸਤੀ ਕਰਦੀਆਂ, ਇੱਥੇ ਲੋਕਾਂ ਦੇ ਮੁੰਡੇ ਜਾਂ ਤਾਂ ਨਸ਼ੇ 'ਤੇ ਲੱਗਦੇ ਆ ਜਾਂ ਵਿਚਾਰੇ ਮਰਦੇ ਆ ਜੀ। ਉਲਟਾ ਕੰਮ ਚੱਲ ਪਿਆ ਭਾਅ ਜੀ, ਪਹਿਲਾਂ ਦੇਖੋ ਉਹ ਜਿਹੜਾ ਸਿਲਸਿਲਾ ਨਾ ਉਹ ਤਾਂ ਆਲਰੇਡੀ 40-45 ਸਾਲ ਉੱਥੋਂ ਕਮਾ ਕੇ ਆ ਰਿਹਾ, ਉਹਨੂੰ ਤਾਂ ਜਿਹੜਾ ਹੁਣ ਦੇਖੋ ਗੱਲ ਤਾਂ ਇੱਥੇ ਵੀ ਪੈਸੇ ਦੀ ਆ ਗਈ। ਜੇ ਭਾਅ ਜੀ ਇੱਥੇ ਉਹ ਆਪਣੇ 20 ਸਾਲ ਜਾਂ 25 ਸਾਲ ਦੀ ਲੜਕੀ ਦਾ ਵਿਆਹ ਹੁੰਦਾ ਪੈਸੇ ਨੂੰ ਹੀ ਹੁੰਦਾ ਵੀ ਉਹਦੇ ਕੋਲ ਪੈਸਾ ਆ, ਹੈ ਨਾ। ਬਸ ਮਸਲਾ ਇਹ ਹੀ ਆ, ਇਹਨੂੰ ਹੈ ਨਾ ਸਾਡੀ ਵਾਰ ਵਾਰ ਸਰਕਾਰ ਨੂੰ ਅਪੀਲ ਆ ਵੀ ਇਹਨੂੰ ਹੈ ਨਾ ਇੱਥੇ ਕੋਈ ਠੋਸ ਜਿਹਨੂੰ ਠੋਸ ਕਾਨੂੰਨ ਕਹਿੰਦੇ ਆ ਉਹ ਬਣਾਓ ਤਾਂ ਜੋ ਇਸ ਜਿਹੜਾ ਇਹਨੂੰ ਚੋਰ ਬਜ਼ਾਰੀ ਨੂੰ ਨੱਥ ਪੈ ਸਕੇ। ਕੁੜੀ ਮੁੰਡੇ ਦੀ ਇਕੱਠਿਆਂ ਦੀ ਹੈਗੀ ਆ ਜੀ। ਬਾਕੀ ਤੁਸੀਂ ਕੁਛ ਬਾਪੂ ਜੀ ਕਹਿਣਾ ਕੁਛ? ਹਾਂਜੀ ਮੜ ਜਾ ਬਜ਼ੁਰਗਾਂ ਦੀ ਲੈ ਲਓ ਬਾਈਟ, ਸਰਕਾਰ ਅੱਗੇ ਹੱਥ ਜੋੜ ਕੇ ਬੇਨਤੀ ਆ ਮੈਨੂੰ ਪ੍ਰੋਪਰ। ਹਾਂਜੀ ਮੈਨੂੰ ਸਰਕਾਰ ਅੱਗੇ ਹੱਥ ਜੋੜ ਕੇ ਬੇਨਤੀ ਆ ਮੈਨੂੰ ਸਾਫ ਮਿਲਿਆ ਜਾਵੇ, ਜੋ ਮੇਰੇ ਨਾਲ ਧੱਕਾ ਹੋਇਆ ਉਹ ਸਾਫ ਮਿਲੇ। ਮੈਨੂੰ ਉਹਦਾ ਬੱਚਾ ਗਿਆ, ਇੱਕ ਬੱਚਾ ਗਿਆ, ਸਭ ਕੁਝ ਗਿਆ, ਨਾ ਹੁਣ ਬੱਚਾ ਤਾਂ ਲੱਭਣਾ ਨਹੀਂ ਜੀ, ਪੈਸੇ ਤਾਂ ਗਿਆ ਹੀ ਗਿਆ, ਪੈਸੇ ਤਾਂ ਫਿਰ ਹੋਰ ਵੀ ਆ ਜਾਣਗੇ, ਬੱਚਾ ਥੋੜ੍ਹਾ ਆ ਜਾਣਾ ਹੁਣ ਹੋਰ ਸਾਰੇ ਪਾਸੇ। ਫਾਦਰ ਸਾਹਿਬ ਦਾ ਅੱਗੇ ਆਪਰੇਸ਼ਨ ਹੋਏ ਆ, ਉਹ ਕੰਮ ਨਹੀਂ ਕਰ ਸਕਦੇ, ਉਹਨਾਂ ਦਾ ਕੰਮ ਨਹੀਂ ਹੁੰਦਾ, ਉਹਨਾਂ ਦਾ ਆਪਰੇਸ਼ਨ ਹੋਏ ਆ ਹੁਣੇ, ਮਾਤਾ ਉੱਦਾਂ ਬਿਮਾਰ ਰਹਿੰਦੇ ਹੈਗੇ। ਇੱਕ ਹੋਰ ਗੱਲ ਦੱਸਣੀ ਚਾਹੁੰਦੇ ਹਾਂ, ਜਦੋਂ ਕੁੜੀ ਬਾਹਰ ਚਲੀ ਗਈ ਨਾ, ਇਹ ਜਿਹੜਾ ਮੁੰਡਾ ਜਿਹਦੀ ਡੈਥ ਹੋਈ ਆ ਸੁਖਰਾਜ ਦਾ, ਇਹ ਉਸ ਤੋਂ ਬਾਅਦ ਵੀ ਉਹਦੀ ਮਦਰ ਨੂੰ ਉਹਦੀ ਸਿਸਟਰ ਨੂੰ ਲੈ ਕੇ ਉੱਦਾਂ ਵੀ ਬਾਹਰ ਘੁੰਮਦਾ ਰਿਹਾ, ਉਹਦੀ ਕੁੜੀ ਦੇ ਬਾਪ ਦੀ ਡੈਥ ਬਾਅਦ ਵਿੱਚ ਹੋਈ ਆ, ਅਤੇ ਇਹ ਮੁੰਡਾ ਇਲਾਜ ਕਰਾਉਣ ਲੈ ਕੇ ਜਾਂਦਾ ਰਿਹਾ, ਉਹਨੂੰ ਅੰਮ੍ਰਿਤਸਰ ਲੈ ਕੇ ਜਾਂਦਾ ਰਿਹਾ, ਖਰਚਾ ਸਾਰਾ ਕਰਦਾ ਰਿਹਾ, ਉਹਦੇ ਘਰ 'ਚ ਜੋ ਦਰਵਾਜ਼ੇ ਲਗਾਉਣੇ ਸੀ ਉਹਦੇ ਘਰ 'ਚ, ਜੋ ਉਹਨੂੰ ਕਿਸੇ ਚੀਜ਼ ਦੀ ਜ਼ਰੂਰਤ ਹੁੰਦੀ ਸੀ, ਕੋਈ ਕਰਿਆਨੇ ਦੀ ਜ਼ਰੂਰਤ ਹੁੰਦੀ ਸੀ, ਕਿਤੇ ਉਹਨਾਂ ਨੇ ਜਾਣਾ ਹੁੰਦਾ ਸੀ ਜਾਂ ਉਹਨਾਂ ਨੂੰ ਕੋਈ ਦਵਾਈ ਚਾਹੀਦੀ ਸੀ, ਇੱਥੇ ਤੱਕ ਕਿ ਜਦੋਂ ਉਹਦੇ ਬਾਪ ਦੀ ਡੈਥ ਹੋ ਗਈ ਨਾ, ਅਤੇ ਇਹ ਮੁੰਡਾ ਆਪਣੀ ਮਦਰ ਦੇ ਅਕਾਊਂਟ 'ਚੋਂ ਪੈਸੇ ਕਢਾ ਕੇ ਤਾਂ ਉਹ ਉਹਨਾਂ ਨੂੰ ਦੇ ਕੇ ਆਇਆ, ਸਾਰਾ ਖਰਚਾ ਮੁੰਡਾ ਕਰਦਾ ਸੀਗਾ, ਉਹਦੇ ਪਿੱਛੋਂ ਵੀ ਸਾਰੀਆਂ ਰਸਮਾਂ ਵੀ ਉਹਨੇ ਕੀਤੀਆਂ, ਹਰ ਥਾਂ ਉਹ ਲੈ ਕੇ ਜਾਂਦਾ ਰਿਹਾ। ਨਹੀਂ ਸਾਡੀ ਨਹੀਂ ਹੋ ਜੇ ਕੁੜੀ ਨਾਲ ਕੋਈ ਗੱਲਬਾਤ, ਨਾ ਜੀ ਨਾ ਕੋਈ ਮੈਸੇਜ ਨਹੀਂ। ਹਾਂਜੀ ਅਸੀਂ ਤਾਂ ਕੋਸ਼ਿਸ਼ ਫਿਰ ਕਰਦੇ, ਪਹਿਲਾਂ ਤਾਂ ਸਾਨੂੰ ਬੱਚੇ ਦੀ ਟੈਨਸ਼ਨ ਪੈ ਗਈ, ਕੱਲ੍ਹ ਦੀ ਤਾਂ ਅਸੀਂ ਬੱਚੇ ਦੁਆਲੇ ਸਾਰਾ ਪਿੰਡ, ਅਸੀਂ ਸਵੇਰ ਦਾ 9 ਵਜੇ ਦਾ ਲੱਗਾ ਆ, ਰਾਤ 1 ਵਜੇ ਜਾ ਕੇ ਸਾਨੂੰ ਉਹਦੀ ਉੱਥੇ ਪਤਾ ਚੱਲਿਆ ਵੀ ਉਹ ਟਿਊਬਵੈੱਲ 'ਤੇ ਇੱਦਾਂ ਕਰ ਲਈ ਆ, ਅਸੀਂ ਤਾਂ 1 ਵਜੇ ਤੱਕ ਉਹਦੇ ਦੁਆਲੇ ਹੋਏ ਹਾਂ ਬੱਚੇ।